ਚਾਹਰ ਦਾ ਮਾਸੂਮੀਨ ਅਲੈਹਿਮ ਸਲਾਮ ਦਾ ਸਦਕਾ ਦਾ ਸਵਾਬ ਬਾਨੀ ਆਮ ਦੇ ਜੁਮਲਾ ਮਰਹੂਮੀਨ ਤੱਕ ਪਹੁੰਚਾ ਨਸ਼ੀਨ ਫਰਸ਼ੇ ਦਾ ਮੁਹਿੱਬਾਨ ਅਹਿਲ ਬੈਤ ਮੋਮਿਨੀਨ ਮੋਮਿਨਾਤ ਹਵਾਏ ਦੇ ਸ਼ਰਈ ਦਾ ਮਨ ਵਿੱਚ ਰੱਖਦੇ ਨੇ ਦਿਲਾਂ ਦੇ ਵੇਤ ਜਾਣਨ ਵਾਲਾ ਅੱਲਾਹ ਕਿਸੇ ਸਵਾਲੀ ਨੂੰ ਖਾਲੀ ਨਾ ਲੁਟਾ ਬਿਮਾਰੇ ਕਰਬਲਾ ਦਾ ਸਦਕਾ ਮਰੀਜ਼ਾਂ ਨੂੰ ਸਿਹਤ ਅਤਾ ਫਰਮਾ ਮਾਸੂਮਾ ਬਿੰਤਲ ਹੁਸੈਨ ਦਾ ਸਦਕਾ ਬੇਵਾਰਸਾਂ ਨੂੰ ਵਾਰਿਸ ਅਤਾ ਫਰਮਾ ਮੇਰਾ ਅੱਲਾਹ ਦੀਨੀ ਦੁਨੀਆਵੀ ਮੁਸ਼ਕਲਾਤ ਮੁਹਿੱਬਾਂ ਦੀਆਂ ਆਸਾਨ ਫਰਮਾ ਦੁਸ਼ਮਨਾਂ ਨੇ ਸੈਯਦਾਂ ਨੂੰ ਨੀਸ ਤੋਂ ਨਾਬੂਦ ਫਰਮਾ ਵਲੀ ਉਲਾਮ ਔਰ ਬਕੀਅਤੁੱਲਾਹ ਅਲਾਜ਼ਮ ਸ਼ਹਿਨਸ਼ਾਹ ਮੁੰਤਕਿਮ ਇਮਾਮ ਜ਼ਮਨ ਦਾ ਜਲਦੀ ਜ਼ਹੂਰ ਫਰਮਾ ਕਬੂਲੀਅਤ ਵਾਸਤੇ ਸਲਵਾਤ أعوذ بالله من الشيطان الرجيم بسم الله نہایت قابل احترام میرے سنی شیعہ صاحبان نجومیاں فرعون ملعون دستے تا کہ بنو اسرائیل ایک بچہ پیدا ہوئے گا جڑا بڑا ہو کے تیرا تخت و تاج تیری شاہی تیرا اقتدار ختم تھا کاہن اور نجومیاں دا دور ہو سکے پھر حساب لو وہ بچہ پیدا ہو چکا ہے یا جے ہوئے گا ਉਹਨਾਂ ਇਸ ਘੜੀ ਤੱਕ ਪੈਦਾ ਨਹੀਂ ਹੋਇਆ ਕੱਲ੍ਹ ਹੋ ਜੇ ਪਰਸੋਂ ਹੋ ਜੇ ਸਾਲ ਨੂੰ ਦੋ ਸਾਲ ਨੂੰ ਹੋਏਗਾ ਜ਼ਰੂਰ ਉਹ ਫਿਰ ਬੜਾ ਹੋਏਗਾ ਉਹ ਤੇਰਾ ਦੁਸ਼ਮਣ ਹੋਏਗਾ ਉਸ ਆਖਿਆ ਜੇ ਜੇ ਪੈਦਾ ਨਹੀਂ ਹੋਇਆ ਤਾਂ ਫਿਰ ਮੈਂ ਜ਼ਿੰਦਾ ਨਹੀਂ ਰਹਿੰਦਾ ਕਾਬੀਨਾ ਔਰਤਾਂ ਦੀ ਬਣਾ ਦਿੱਤੀ ਪੂਰੇ ਸ਼ਹਿਰ 'ਚ ਫੈਲਾ ਦਿੱਤੀ ਹਰ ਘਰ ਸੁਬਹ ਵੀ ਜਾਣਾ ਹੈ ਸ਼ਾਮ ਨੂੰ ਵੀ ਹਰ ਔਰਤ ਨੂੰ ਚੈੱਕ ਕਰਨਾ ਹੈ ਜਿੱਥੇ ਔਰਤ ਕੋਈ ਉਮੀਦ ਤੇ ਉਸ 'ਤੇ ਜ਼ਿਆਦਾ ਨਜ਼ਰ ਰੱਖਣੀ ਬੱਚਾ ਪੈਦਾ ਹੋਵੇ ਉੱਥੇ ਕਤਲ ਕਰ ਦਿਓ ਬੱਚੀ ਪੈਦਾ ਹੋਵੇ ਛੋੜ ਦਿਓ ਯੁਜ਼ਬਿਹੂਨਾ ਅਬਨਾਕੁਮ ਵਯਸਤਕਬਿਹੂਨਾ ਨਿਸਾਅਕੁਮ ਬੱਚੀਆਂ ਛੋੜ ਰਿਹਾ ਹੈ ਬੱਚੇ ਕਤਲ ਕਰਾ ਦਿਓ 70,000 ਬੱਚਾ ਕਤਲ ਕਰਾ ਦਿੱਤਾ ਕਿਤਨਾ 70,000 ਬੱਚਾ ਸਿਰਫ ਮੂਸਾ ਅਲੈਹਿ ਸਲਾਮ ਦੇ ਸ਼ੁਬੇ 'ਚ ਕਿਸੇ ਤਰੀਕੇ ਮੂਸਾ ਜ਼ਿੰਦਾ ਨਾ ਰਹੇ ਇਹ ਬੱਚੇ ਕਤਲ ਕਰਾ ਰਹੇ ਔਰ ਬਸਤੀ 'ਚ ਕਿਸੇ ਦਾ ਬੱਚਾ ਜ਼ਿੰਦਾ ਨਹੀਂ ਸਭ ਦੇ ਬੱਚੇ ਕਤਲ ਹੋ ਰਹੇ ਨੇ ਬੱਚੀਆਂ ਹੀ ਬੱਚੀਆਂ ਨੇ ਬੇਟਾ ਕਿਸੇ ਦਾ ਵੀ ਪੂਰੀ ਬਸਤੀ ਬੱਚਿਆਂ ਦੀ ਦੁਸ਼ਮਣ ਬਣ ਚੁੱਕੀ ਮੇਰਾ ਨਹੀਂ ਰਿਹਾ ਮੈਂ ਤੁਹਾਡਾ ਕਿੱਥੇ ਬਰਦਾਸ਼ਤ ਕਰਾਂ ਤੁਹਾਡਾ ਨਹੀਂ ਰਿਹਾ ਦੂਸਰੇ ਦਾ ਕਿੱਥੇ ਬਰਦਾਸ਼ਤ ਕਰਾਂ ਇਹ 70,000 ਬੱਚੇ ਕਤਲ ਕਰਾ ਕੇ ਮੁਤਮਈਨ ਨੇ ਕਿ ਮੈਂ ਜ਼ਿੰਦਾ ਹੀ ਨਹੀਂ ਰਹਿਣ ਦਿਆਂਗਾ ਇਤਨੀ ਦੇਰ ਨੂੰ ਅੱਲਾਹ ਦੇ ਅਮਰ ਦੇ ਜ਼ਹੂਰ ਦਾ ਵਕਤ ਆ ਗਿਆ ਬਹੁਤ ਸ਼ੁਕਰ ਯਾਨੀ ਮੂਸਾ ਅਲੈਹਿਸਲਾਮ ਦੁਨੀਆ 'ਤੇ
जिस घर चो कदे बच्चे दे रोण दी आवाज नहीं आवे उत्थे आवे ते पड़ोस नूं इंज करके वेख्या मादरे मूसा दे हत्थां ते बच्चा दौड़ी फिरौन मेरे पड़ोस च बच्चा मैं खुद वेख्या उस औरतां भेज दित्तियां जाओ भाई क्यों नहीं चेकिंग कीती सी ना कहते उस घर रोज जानी आ उत्थे ते सारे विलादत ही नहीं बहुत शुक्रिया एक दिन देने दो दिन देने इधरों औरतां दाखल हो रही हैं कदमां दिया हटा रही है दरवाजा खुलन दा आवाज है ममता तड़प रही है कुलसूम नाम है मूसा अलैहि सलाम दी हमशीरा दा बड़े ने जनाबे मूसा अलैहि सलाम कुलसूम जी अम्मी फर्म बेटा भाई छुपा किसे पास वक्त बिल्कुल थोड़ा है वो तो दाखल हो रही है एक दिन दे दो दिन है मूसा जाया बच्ची वेड़े च निकली तंदूर नजर आया फौरन बिच रख के उते ढक्कन दे दिया इतनी देर में दाखिल हो गई कौन कौन हो घर फरमाया मैं ते मेरी मां मां किथे है बैठी फौर नाले ना मां नू आके चेक कीते ज़ेहनी च रहे कि ये तजर्बा खार औरतां ने ये 70,000 मावां नू चेक कर चुके इन्हां दे तजर्बे च कि जिस हल बच्चा पैदा होया उसकी कैफियत की है हालत की आसार की ਹੋਰ ਨਾਲ ਇਹਨਾਂ ਵੇਖਿਆ ਇੱਕ ਦੂਜੀ ਨਾਲ ਦੀਆਂ ਨਹੀਂ ਅਗਰ ਇਹ ਮਾਂ ਹੈ ਤੇ ਇਹਦੇ ਹਲਤੇ ਬੱਚਾ ਪੈਦਾ ਹੀ ਨਹੀਂ ਹੋਇਆ ਮੁੱਲਾਂ ਤੂੰ ਆਖਿਆ ਮੁਹੰਮਦ ਸਾਡੇ ਜਿਹਾ ਬਸ਼ਰ ਹੈ ਜਿੱਥੇ ਤੂੰ ਜੰਮੇ ਮਹੱਲੇ ਨੂੰ ਪਤਾ ਹੁੰਦਾ ਹੈ ਜਿੱਥੇ ਇਹ ਆਵਣ ਸੱਕੀ ਮਾਂ ਨੂੰ ਖਬਰ ਨਹੀਂ ਹੁੰਦੀ ਚੈਕਿੰਗ ਕਰਨ ਵਾਲਾ ਪਤਾ ਨਹੀਂ ਲੱਗਦਾ ਮਿਹਰਬਾਨੀ ਬਹੁਤ ਸ਼ੁਕਰੀਆ ਗੌਰ ਨਾਲ ਨਹੀਂ ਨਹੀਂ ਅਗਰ ਇਹ ਸਾਲੇ ਤੇ ਕਿਸੇ ਨੂੰ ਗਲਤ ਫਹਿਮੀ ਹੈ ਇਸ ਸਾਲ ਤੇ ਬੱਚਾ ਹੈ ਹੀ ਨਹੀਂ ਇਹਦੀ ਕੈਫੀਅਤ ਦੱਸਦੀ ਹੈ ਤੇ ਮਾਂ ਹੈ ਹੀ ਨਹੀਂ ਘਰ ਦੀ ਤਲਾਸ਼ੀ ਲਈ ਆ ਸਾਰੇ ਵਿਲਾਦਤ ਹੀ ਕੋਈ ਨਹੀਂ ਮੁਤਮੈਨੋ ਕਿ ਚਲੀਆਂ ਗਈਆਂ ਫਿਰ ਆਉਣ ਕਿਸੇ ਗਲਤ ਕੀ ਆਖਿਆ ਉੱਥੇ ਤੇ ਕੋਈ ਚੀਜ਼ ਨਹੀਂ ਇਹ ਬਾਹਰ ਨਿਕਲੀਆਂ ਨੇ ਮਮਤਾ ਤੜਪੀ ਕੁਲਸੂਮ ਜੀ ਅਮੀ ਭਾਈ ਕਿੱਥੇ ਅਮਾ ਮੈਂ ਤੰਦੂਰੀ ਛੁਪਾਇਆ ਤੰਦੂਰੀ ਉੱਥੇ ਤਾਂ ਹੁਣੇ ਮਹੱਲੇ ਦੀਆਂ ਔਰਤਾਂ ਰੋਟੀਆਂ ਲਾ ਕੇ ਗਈਆਂ ਜਲ ਗਿਆ ਹੋ ਗਿਆ ਮੇਰਾ ਬੱਚਾ ਕਿਤਨੇ ਸੁਣੀ ਹੋ ਕਿਤਨੇ ਸ਼ੀਆ ਮੈਂ ਨਹੀਂ ਜਾਣਦਾ ਤਾਹਤ ਦੇ ਨਿਗਾਹ ਵਿੱਚ ਮੈਂ ਲਾ ਇਲਾਹ ਇਲੱਲਾ ਮੁਹੰਮਦ ਰਸੂਲੁੱਲਾਹ ਅਲੀਨ ਵਲੀਉੱਲਾ ਮਾਦਰੇ ਮੂਸਾ ਤੜਪੀ ਦੌੜੀ ਤੰਦੂਰ ਦਾ ਢੱਕਣ ਹਟਾਇਆ ਇੱਕ ਜਾਂ ਦੋ ਦਿਨ ਦਾ ਮੂਸਾ ਨਬੀ ਅੰਗਾਰਿਆਂ ਨਾਲ ਇਹ ਪਿਆ ਖੇਡਦਾ ਹੀ ਜਿਵੇਂ ਬੱਚਾ ਗੁਲਾਬ ਦੇ ਫੁੱਲਾਂ ਨਾਲ ਤੁਹਾਡੇ ਹੱਥ ਸਲਾਮ ਜਿਵੇਂ ਬੱਚਾ ਗੁਲਾਬ ਦੇ ਇਹ ਫਿਰ ਇੱਕ ਅਲਹਿਦਾ ਵੈਸ ਹੈ ਜਿਹੜਾ ਤੰਦੂਰੀ 'ਚ ਅੱਗ ਅਸਰ ਨਾ ਹੀ ਕੀਤਾ ਜ਼ੁਬਾਨ 'ਤੇ ਅੰਗਾਰੇ ਅਸਰ ਕਿਉਂ ਕੀਤਾ ਬਹਰਹਾਲ ਚਾਹ ਲਿਆ ਸੀਨੇ ਨਾਲ ਲਾ ਲਿਆ ਇਹ ਜਿਹੜੇ ਮੋਟੇ ਅੱਥਰ ਮੂਸਾ ਦੀ ਮਾਂ ਦੇ ਬਾਹਰ ਆਏ ਵਹੀ ਆਈ ਆਵਾਜ਼ੇ ਕੁਦਰਤ ਹੈ ਕਿਉਂ ਮਾਂ ਦਰੇ ਮੂਸਾ ਰੋਣੀ ਕਿਉਂ ਹੈ ਮਾਲਕ ਤੰਦੂਰਾਂ ਵਾਸਤੇ ਦਿੱਤਾ ਹੀ ਅੱਜ ਤੰਦੂਰੀ ਰੱਖਿਆ ਕੱਲ੍ਹ ਵੀ ਤੰਦੂਰੀ 'ਚ ਰੱਖਾਂਗੀ ਮੈਂ ਮੇਰਾ ਪੁੱਤਰ ਖੇਡੇਗਾ ਨਹੀਂ ਗਲੀ 'ਚ ਨਹੀਂ ਨਿਕਲੇਗਾ ਫਿਰ ਮੈਂ ਨਿਕਲੇਗਾ ਮਾਲਕ ਪੂਰਾ ਸ਼ਹਿਰ ਬੱਚਿਆਂ ਦਾ ਦੁਸ਼ਮਣ ਹੈ ਜਿਹਨਾਂ ਦਾ ਆਪਣਾ ਨਹੀਂ ਮੇਰਾ ਕਿੱਥੇ ਬਰਦਾਸ਼ਤ ਕਰਨਾ ਅੱਜ ਕੱਲ੍ਹ ਪਰਸੋਂ ਤਰਸੋਂ ਕੋਈ ਵੇਖੇਗਾ ਜਾ ਕੇ ਉਹਦੇ ਕਰਿੰਦਿਆਂ ਨੂੰ ਦੱਸੇਗਾ ਉਹ ਮਲਾਉਣ ਮਰਵਾ ਦੇਗਾ ਨਾ ਦੇਣ ਜੋ ਮਾਲਕ ਇਸ ਗੱਲ ਨਾਲ ਮਾਲਕ ਉਹਨੂੰ ਬੜੀ ਤਕਲੀਫ ਹੋਏਗੀ ਦੇ ਕਤਲ 'ਤੇ ਆਵਾਜ਼ ਕੁਦਰਤ ਨਹੀਂ ਮਾਂ ਮੂਸਾ ਦੀ ਅੱਲਾ ਮੈਂ ਹਾਂ ਫਿਰਾਉਣ 'ਤੇ ਨਹੀਂ ਨਾ ਤੁਹਾਡੇ ਹੱਥ ਸਲਾਮ ਬਹੁਤ ਸ਼ੁਕਰੀਆ ਆਪਣਾ ਕਾਨੂੰਨ ਬਦਲਣਾ ਅਗਰ ਮੂਸਾ ਦੀ ਪਰਵਰਿਸ਼ ਫਿਰਾਉਣ ਦੇ ਮਹੱਲ 'ਚ ਨਾ ਕਰਾਵਾਂ ਮੇਰਾ ਬੁਲਾ ਲਵੀ ਮਾਲਕ ਫਰਮਾਇਆ ਹਾਂ ਉਹਦੇ ਘਰ ਰਹੇਗਾ ਉਹਦੇ ਸਾਹਮਣੇ ਰਹੇਗਾ ਹੱਥ ਲਾ ਜਾਏ ਮੈਨ ਅੱਲਾ ਹੀ ਨਾ ਮੈਂ ਅੱਲਾ ਨਾ ਉਹ ਤੇ ਨਹੀਂ ਮਾਰਨ ਵਾਲੇ ਨੂੰ ਬਚਾਉਣ ਵਾਲਾ ਵੱਡਾ ਮਾਲਕ ਫਿਰ ਫਰਮਾ ਤੂੰ ਸੰਦੂਕ ਬਣਵਾ ਜੀ ਬਣ ਗਿਆ ਫਰਮਾ ਇਹਨੂੰ ਵਿੱਚ ਰੱਖ ਦੇ ਰੱਖ ਦਿੱਤਾ ਫਰਮਾ ਸੰਦੂਕ ਦਾ ਢੱਕਣ ਬੰਦ ਕਰ ਜੀ ਬੰਦ ਕਰ ਦਿੱਤਾ ਫਰਮਾ ਜਾ ਅੰਧੇਰਾ ਹੋਏਗਾ ਦਰਿਆ ਨੀਲ ਚ ਰੋੜਿਆ
पढ़ लेना सौखा है, हाथी पुत्र रोड़ने बड़े कितना अकीदा ही तो ही ते मामू सब रोड़ दिते। इस मलाउन दा महले इस अपना दौर दा खुदाई दा वाइस कीते है। दो चीजा बहुत अच्छिया ने संभालन औखिया ने, जरफ छोटा है इबादत ज्यादा है इबलीस बना देगी, पैसा ज्यादा है जरफ छोटा है फिरौन बना देगी, दौलत देने से फिरौन खुदा बने। बहुत बड़ा इस महल बनवाया, इस द मेन एंट्री खुशकी आले पासों अद्धा महल इसने असारी करके दरिया नील पत्थर नाल उत्ते महल बनाया, उत्ते शेड नुमा छाते उत्ते बैठ के दरिया नील दी लहरां टकरांदियां ने हवा खोरी कर दे। अज उस जगह ते कुर्सी रख के आप नहीं बैठे, उदी बीवी बैठी हजरत आसिया बिनते मजाहम सलामुल्ला लैहा, अपने दौर दी बहुत पाक दामन पाक बाज मस्त अल्लाह दी कायनात चो चंद चुनीदा मस्तूरात चो एक फिरौन दी बीवी भी। अपने दौर दा काफर आजम है फिरौन, उदे घरों उदी बीवी अपने दौर दी बहुत बड़ी मोमना। मैं क्या मेरा ला कोई समझ नहीं आई, एडे वड्डे काफर मलाउन दे घर एडी वड्डी आसिया बिनते मजा हम मोमनों दी बीवी बना के भेज दी। फरमाया अल्लाह आलम है सो या जा रिसाला ता तेन की पता मेरे राजा दा। ये जड़ी एडी वड्डी मोमना फिरौन दे घर टो रही है ना, फिरौन दी खिदमत वास्ते नहीं, मूसा नबी दी खिदमत वास्ते। मेहरबानी कर मालिक, मैं समझा नहीं, फरमाया मेरी तकदीर दे मुताबिक फिरौन दे महल च मूसा परवरिश पाएगा। फिरौन काफर है, मूसा नबी है, काफर नजस होंदा है नबी मासूम होंदा है। अगर नजस मेरे मासूम नु चा जाए मैं अल्लाह ही नहीं, अगर उस महल च परवरिश पानी है चाणा भी तो किसे है, मूसा नु खिडाना भी तो है। अगर फिरौन काफर चाह के नबी नु खिडाए मैं अल्लाह ही नहीं रहा, क्यों मेरी रहमत मेरी अदालत बर्दाश्त नहीं कर दी कि काफर दी झोली च नबी खेडे। मेहरबानी अगर कोई पैगाम वसूल करे तेरे मजहबा नाल बहस नहीं तेरे शऊर नाल बहस है। जेड़ा अल्लाह मूसा अलैहि सलाम दी वारी एहतियात करता है फिरौन या काफर हाथ ना लाए, ओ मूसा दे सरदार मुहम्मद दी परवरिश अबू तालब जे काफर को कीवें करवांदा। मेहरबानी मेहरबानी आखिर तक जा बोलो है दलिया। बहुत शुक्रिया बहुत शुक्रिया। जेड़ा बंदा दे ना जनाब अबू तालब काफर सा वली दे पियो ते इतराज नहीं कर रहा, खुदा दी अदालत इतराज कर रहा, उदे नजदीक फिर अल्लाह आदल ही नहीं। मूसा दे टाइम ते अल्लाह नु चेता आई ते मुस्तफा दी वारी अल्लाह नु चेते नहीं जा मैं काफर को परवरिश करा दूं। आसिया बिनते मजाहम बीवी बनाई कहा है चाणा में यहाँ पे खिडाना, अज उ आसिया बिनते मजाहम बैठे ओ दरियाए नील दी लहरां चो कोई चीज हचकोले खा के रुड़ रही है। उठ के वेख्या आसिया गुलाम एक हबशी जी मलका, और यार तैरना जानना है जी मलका, मैं फिर मैं क्या वो चीज पकड़ के लिया, ये तैरदा गया पकड़ के लाया मलके ते संदूक के, फिर मैं तेरा खोल खोले जनाबे मूसा ले सलाम। मूसा लकड़ी और पानी जिमें मुसाफर नु मंजिल मिल जाए, फटके नु रस्ता मिल जाए, मरीज नु तबी मिल जाए, बेसकूने नु सुकून मिल जाए, बिस्मिल्ला करके चल जाए पढ़ते नहीं बिस्मिल्ला दिल च। फिर आंदे घर रह के मुवाहद होना बड़ी औखी बात है, मैं सीने ना ला लिया ड्यूटी शुरू हो गई। इस फिरौन की कीते इस बहुत बड़ा हाल टाइप एक हाल बनवाया, इस पासे से तख्त बनवाया है, उस दुखते कुर्सी ते दो नंबर खुदा बन के बैठे हैं, सोने दा तख्ते सोने दा ताज है सोने दा जना उते बैठे हैं। ऐ बंदे सामने कतारा जिदे अलमू करके पैसे देंदा सजदे करो मेरे को पैसे लेंदे, मिसाल के तौर पर मैं अपनी मिसाल दें दत्थी सुबह लेंदे नोटों की हज़ार हज़ार लई आओ मैंने सजदे करो बंद दिन करो सजदा कंजर दिहाड़ी लाओ दफा करो जा जी दौलत के नशे च फिर बने मु
موسیٰ علیہ السلام پڑے کوئی طور تے جا کے میرے اللہ انہوں رزق کتنا دیندا کون پر میں مالکہ پھر تو ہی چڑیاں کیتے ادھر رزق بند کر میں سارا دن اپنا اللہ کے وعدہ لا شریک اودی عبادت کرو او کنجر نوٹاں دی دتھی لے کے میری کیتی تے پانی پی رزق بھی تیرا ہے تے دشمن بھی تیرا ہے کر ہائی دا بند آواز قدرت ہے موسیٰ بند کر دینا ایکو گل دا جواب دے دے رازق دا معنی رزق دینے والا ہے یا بند کرنے والا ہے بند نہیں کرنا تو نقشہ ذہن چاہے پھر میں ایک نتیجہ دیا انج بندے کتار ہیں انہوں دا منہ فرعون والے فرعون خدا بن کے بیٹھے وہ سجدے کر رہے ہیں وہ سامنے برآمد ہے اتھوں آسیہ بنت مزاحم موسیٰ علیہ السلام چاہ کے کھڈان دے کدی سجے گزر دے نے کدی کبھی تاکہ کنجر ویکھے میرے کول کی اخیر اس جناب سر چاہ ویکھے آسیہ ایک ہی چاہیے فرمایا بچہ بچہ میں بچن ہی نہیں دیتا یہ کتوں آیا اس کے جی حبشی غلام نہیں سڈا میں چھتے بیٹھی تو درے نیل صندوق رڑ جا گیا پوچھ لیا اس نے میں بھیجیا وہ صندوق پکڑ کے تو بچے بچے تو میں تو جدن دا چاہیا میرے سینے بھی ٹھنڈ پی گئی میرے کوئی سکون آ گیا پتہ نہیں کس دا ہے بس میری تو جھولی خالی ہے میں اس نے گودی لے لے میں اس نے رکھاں گی اس نے کہا تو کیویں رکھیں گی میں جہان دے بچے مروائے نے بندے آکھن کے ساڈے مروا کے اپنے گھر رکھ لیا بندہ باہر جیڈا وڈا رانی خائے گھر والی دے سامنے تے پھر بولو کسے اس جلاد اپنے لوگ خدا بن کے بیٹھے ہیں جلاد چاہ تلوار اس بچے نو قتل کر نہیں نہیں میں رکھاں گی یہ وہ نہیں ہو سکتا میں نے دیکھا قریب لیا ہاتھ جناب آسیہ دے قریب فرعون دے کیتا ہے اکھ پائی موسیٰ علیہ السلام فرعون دی اکھ وچ انہوں نبی دی ویکھنی اتنا جلال اٹھ کے کھلو گیا ہو سکتا ہے یہ بالکل وہی بچے ویختے نے اک جپکتا ہی نہیں میرے لوگ غصے نال ویختا ہے اس کا تین وہم ہو گیا اور نیرے کا قریب آ گئے ادھے فٹ کا بھی فاصلہ نہ رہا موسیٰ علیہ السلام نکا جہا ہاتھ چایا فرعون دی ڈڑی کچھ وال بھی لکھتے نے کہ جناب دے نکی نکی انگلیاں چ رہ گئے اس کے بالکل میں مکان مہربانی اے ہوئی ہے اسے کہ نہیں 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 اسے کہ نہ ہوئی جلو انہوں قتل کر خدا کرے میں جملہ سمجھا حالان ترجمہ نہیں کر رہا پاک ہو گیا آسیہ نوئے تھے ملہ انہوں قتل کرا دے گا اسے کہ رکھو ہے قاتل رکھ گیا پوری جرت نال آسیہ بولو اسے کہ فرعون گل میری گورنر سن لے میں رکھنا ہی تے میں رکھنا ہی اسے کہ اللہ رکھ لے کو نہیں سمجھ آئی جناب اکو واری یادیاں نے اگوں گھر والا ہمیں فرعون یا خدا ہی کیوں نہ ہو اس کا میں رکھنا ہے اس کا اللہ رکھ لے شور اس کا رکھ لے تے رکھی میرے تو پرا پرا اے میرے ویکھدا ٹھیک نہیں سکھا رکھاں گی میں تیرے تو دور میں ہوا بھی نہیں تیری لگن دینی تے لے جاؤ سکھا لے جانی گیا ادھے دودھ انتظام کر جڑا میں نتیجہ دینا چاہوں لمبا سفر کیتا ہے میں ہاتھ لا کے ٹور جاؤں گا میرا ضمیر ملامت کرے گا میں اس دور دی بات کر رہا ہوں جس دور وچ ہیڈ کالو والے گرد و نواد شرفا سنی شیعہ بھائی اس دور چ جے نہ مارکی فیڈر ہے نہ نپل ہے نہ بند ڈبے کا دودھ ہے یہ چیزاں یہ آئی کو نہیں بھرے دربار چ آسیا پیا دودھ انتظام کر
پاگل ہو گئی میں کتو کرا مطمئن ہو کے مسکرا کے دن تے تو خدا نہیں آئے 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 مہربانی اتوں آنا خدا حیدری بہت شکریہ نالے آنا میں خدا نالے آنا میں انتظام خدا من کا کم رزق دینے ہی ہوں اس کے چکھ لو کھلو کر ہر بادشاہ اپنے دربار مولن رکھے آئی اعلان کرنے والا جڑا بغیر ساؤنڈ دے بول دائی تے بڑا آواز آتا با دبا ملاحظہ ہوشیار وہ مولن اس نے کہا مولن کتنے جی آقا اس نے کہا جا چوک شہر دے چلا جا اعلان کر میری طرفوں اس شہر جتنیاں اجرت بچیاں نو پالن والی ماواں نے اس دور چ کچھ بیبیاں ایسا ہوں جہاں امیران کے بچوں اپنا دودھ پلا کے پال دیا امیر انہوں پیسے اجرت دیں اس کے جتنی اجرت ماوا بچوں پالن والی ساریا آ جاؤ میری بیوی بچہ پردیسی گودی لے لیا جدے پی گئی ادی میں رکھنا ہی رکھنا ہے تو آیا کدھر دور تو ماں ادی کا پتا نہیں پیندا کسی کا ہے نہیں آئے ہائے آئے ہائے جدا دودھ پی جائے میں وہ پورے خاندان کا رہائش کھان پی نانو نفکا کپڑے جتی ہر شہ بسیما میرے لیکن شرطے جس ماں کا دودھ پیوے گا تقریباً 300 عورت جی منتا من کے دوڑ پی دربار فرعون شالا میرا پی جے اس دور دے جڑے انہوں نے عقیدے آن اس خدا نو پوج کے آ گئی ہاں کہ کدی میرا دودھ پی جے میرا خاندان سو غریبی آئی کہتا ہی بندے روٹی رج کے نہیں لگتی گورنمنٹ دی طرف اعلان ہے منتا من کے ٹر پی 300 عورت دی قطار لگ گئی 2 دن نے 4 دن نے 5 دن دی زندگی ہوگی موسیٰ علیہ السلام دی کپڑے چ لپیٹے نے ویکھنا میرے آن ایک عورت موسیٰ علیہ السلام نو جانا کھبے ہاتھ پردے دار شریف زادیاں ویکھ رہی نے سن رہی نے میں قریب تو گزر جاؤں گا یہ کھبے ہاتھ نبی ہے 2-4 دن سجا ہاتھ پردے جا کے عورت نے کمیز نو پانا میں کمیز اتنے کرا دودھ پلاؤں با وضو کھلوتا ممبر رسول تے کھلوتا حسین دی مجلس کھلوتا قائم دے پارے کھلوتا اس تے میں تن کی تو سلیلے جھوٹ بول کے کی لے جاؤں لا الہ الا اللہ محمد رسول اللہ علی و ولی اللہ میرا سنی بھائی اے جملہ لکھے ہے جس لئے اجے ایتھے ہی عورت ہاتھ رکھ دیئے تے ایتھو نبی بول جاندے ہیں خبردار قمیض اتے نہ کریں نہ میں تیرا جسم ویکھنا ہی نہ میں منہ لانا ہی آئے آئے تھوڑا آواز زیادہ کرو گے بیٹا آواز زیادہ کرو تھوڑا نہ میں تیرا جسم ویکھنا ہے نہ میں اس نو منہ لانا ہی قمیض اتے نہ کریں تم ہو رہے میں ہو رہا موسیٰ علیہ السلام کون ہے نبی حجابات میرے پیغمبر ایک بہت لمبا سجدہ کیتا اتنے طویل سجدے دے بعد آمینہ دلال سر مبارک چایا پیشانی نبوت پسینے دے قطرے ہسٹری نہ پڑھ رہا ہوں تو میں مجرم ہوں تیرا آمینہ دلال این کر کے پسینہ آواز قدرت جبریل جی مالک اگے پر کر کے قطرے سنبھال نبی پیدا کرانا جتنے انبیاء پیدا کیتے گئے نے میرے تیرے نبی دے پیشانی دے پسینے دے قطرے موسیٰ علیہ السلام دی پیدائش خلقت پیغمبر دے پسینے تو فیصلہ کر کے اٹھنا ہی قبر تنہائی ہے موت یقینی ہے محشر سخت ہے جہنم ناقابل برداشت ہے آمینہ دلال نو قلموں وکھانا ہی ماں پتر ہی نہیں جمعیا جڑا نبی دوبارہ بار جنت ٹر جائے جب تک حسین دا نانا شفاعت نہ کرے پھر مہربانی کریں تیرے میں فرقے بدلن نہیں آیا تیرے شعور تے میں ضرور دستک دے جاؤں گا من 3 سپارے قرآن دی قسم ہے موسیٰ ریت ہو کے دربار فرعون وچ غیر عورت دی تھنج نہیں پیا پیندا محمد سردار ہو کے حلیمہ دا کیویں پیندا رہی بہت شکریہ مہربانی مہربانی بہت شکریہ موسیٰ ریت ہو کے موسیٰ ریایا ہو کے موسیٰ علیہ السلام میرے نبی دا نوکر ہو کے
दरबारे फिरौन इच त्रै सौ औरत दा जिस्म मुंह लाया होवे मैनूं कतल कर दे। रैयत हो के गैर औरत दी थंज नहीं पीती, मुहम्मद सरदार हो के हलीमा दा किवें पीता। मैं की कुरान दी आयत पढ़ी, मैं फिर पढ़ देना खुतबे दे बाद। वहरमना अलैहिल मराज़िया, हमने हराम कर दिया मूसा पे गैर औरत का दूध, हराम है नबी ते गैर औरत दी थंज पीना। रवायत नहीं, मैं आयत पढ़ रहा हूं, वहरमना अलैहिल मराज़िया, हराम कर दिया मूसा रैयत हो के नहीं पी रहा, नबी सरदार हो के हलीमा दा किवें पीता। चौदह सौ साल के बाद मैं गुनाहगार जा सजदा, सत्तर अस्सी पीढ़ियां पढ़ो तो फिर मैं किसी नबी इमाम नाल जा रहा हूं। गुनाहगार हाँ, मेरी निस्बत उस खानदान नाल। मैं तेरे मौजे च आया, तुम्हें ना अपने झूठे कापी चाय क्यों नहीं दी। ओए हंगालियों, ओए हंगालियों, मैं अगे पीती है सैयदी आल नबी औलाद अली, पहले हंगाली फिर गई। हालांकि तुम झूठे दियो, मैं पी लांगा, मैं नहीं प्रॉब्लम, तो मेरे नबी दा उम्मती है, मेरे नबी दे नाम पा के जितनी तहारत ते काफर दी जुबान ते जारी हो वदियां नस्लां पा कर दें। आओ बिस्मिल्लाह, एक सलवात भेजो भाई आले मोहम्मद। आओ दूसरे भाई, ठीक हो? माशाल्लाह माशाल्लाह, अल्लाह जी नहीं दराज करे, मेरे बादशाह हुसैन दे बहुत बड़े जाकिर पाक सैयदा मुहाफ़ज़त फरमाए। नुसरत भाई डॉक्टर साहब, अल्लाह जिंदगी सेहत नाल दराज, सफर बेखतर होने अम्मा हुसैन दी मजीद करम फरमा। लो जनाब मैं मुकाल, लेकिन सवाल मैं छोड़ जाऊंगा तेरे दिन मजलस ऐथे मुके ते मजलस नहीं, मजलस चार द्वारी चो निकल के तेरे डेरे ते पहुंचे, तेरी गाड़ी च पहुंचे, तेरी बैठक च पहुंचे, मस्जिद च पहुंचे, फिर मजलस। मैंने अपने झूठे कापी चाय क्यों नहीं दी। ओ सैयद, मैं चौदहवीं सदी का गैर मासूम सैयद हाँ, तो मैंने अपने झूठे च नहीं पे देता, जो नबिया का सैयद है हलीमा उमतन का झूठा किवें पीता। हलीमा सादिया कौन ने? हर शह प्यारी है, हर शह साहिब इज्जत है, लेकिन जाते मुस्तफा तो बाद बाद संत प्यो बारे विच नहीं, जेड़ा नबी दा दुश्मन हो। नहीं इंसल्ट ना कीती जाए मेरे पैगंबर, मिलाद दी आड़ी च नबी दी तोहीन ना कीती जाए। ये मक्के दी रिहायशी नहीं, जेड़ी मैं उहदे बारे पढ़िया, उलमा आले सुनो जेड़ी इस बारे डिटेल लिखी है, ये मक्के दी रिहायशी नहीं, मुजफा ते मक्का चरांदियां ने, खाना बदोश औरतां ने, पक्की वास ने, उहनां दा जाती मकान ही नहीं होंदा, ये गरीब लोग ने। ये जनाब अमीरां दे बच्चे लैके पाल दिया ने, एक कली नहीं आई मक्के, एक काफ़ी बीबियां आईया ने खाना बदोश। एक मौसम सीजन आंदा है, अमीरां दे बच्चे लै जांदियां ने अपनी झुगियां में, अपने पिंडा में, उत्थे जाके अपना दुध पिलांदियां ने, पालदियां मोटा ताज़ा, दो त्रै महीने बाद वापस कर दियां ने, फिर अमीर वेखदे ने शाबाश ऐ साडा ही है, बल्ले बल्ले अठ उठ दे दियो भाई, यारह बकरियां दे दियो मिसाल दे। ये फिर बच्चे पाल के जरा सिलसिला है अपना खान पीन, एक कली नहीं आई। मेरे सुनी भाई प्लीज तवज्जो करो, ये काफी औरत आईया ने बच्चे लैन, लेकिन ये सवारी मरी अले कमजोर है, ये मठी मठी आई, बाकियां दी सवारियां तेज ने पहले आईया ने, ये जड़ियां पहले पहुंचियां ने अमीरां दे बच्चे लै गईयां ने। हुण मैं अपनी गुजराती तुहानूं किवें समझावां, चुण चण के जिहड़े वल वल घर ने अमीर उन्हें लै गए, फिर मौलवी तले की लिखता है, फिर यतीमे अब्दुल्ला बच के सर, यानी डिग्रेड किया गया मेरे नबी की परसनैलिटी, यतीमे अब्दुल्ला। मैं गुजरात अगर जुमला पढ़ा तो मैं इंज पढ़ना है कि इन्हू देंदा कोई नहीं, उन्हू लैंदा कोई नहीं। नौज बिल्ला नौज बिल्ला, उन्हां दियां अखां नहीं रुकियां देते यतीम, अच्छा ऐ दे दो ऐ, वो कला बच गया। ये जी अखीर ते पहुंची है, फिर उन्होंने आख्या ने यही बात, उस आख्या चलो यही दे दो, वो फिर लैके अपनी जानवर सवारी से बैठ गई। मरियल कमजोर जानवर लैके बैठी तो जानवर तंदुरुस्त हो गया,
ਹੁਣ ਮੌਜਜ਼ਾਤ ਸ਼ੁਰੂ ਕਰ ਲਿਆ। ਉਹ ਜੇ ਕਦਣ ਦੀਆਂ ਬੱਚੇ ਲੈ ਕੇ ਟੁਰ ਗਈਆਂ ਉਹਨਾਂ ਕੋਲੋਂ ਹਲੀਮਾ ਸਾਦੀਆ ਦੇ ਜਾਨਵਰ ਕ੍ਰਾਸ ਕਰ ਉਹਨਾਂ ਮੂੰਹ ਚੁਗਲੀਆਂ ਪਾ ਲਈ। ਇਹ ਉਹੀ ਹੈ ਫਿਰ ਮੌਲਵੀ ਥੱਲੇ ਇਸ਼ਕੇ ਮੁਸਤਫਾ ਦਾ ਜਮਲਾ ਦੇ ਕਿਵੇਂ ਨਾ ਜਾਨਵਰ ਫਿਰ ਤੇਜ਼ ਹੁੰਦਾ। ਉੱਤੇ ਨਬੀ ਪਾਕ ਬੈਠ ਗਏ ਸਨ, ਨਹੀਂ ਬੋਲੇਗਾ ਸ਼ਾਹ ਦਾ ਜਿਗਰ ਜ਼ਖਮੀ ਹੋਏਗਾ। ਰਸੂਲ ਅੱਗੇ ਮੈਂ ਸ਼ਿਕਾਇਤ ਕਰਾਂਗਾ, ਯਾਰ ਰਸੂਲ ਤੇਰੀ ਉਮਤ ਤੇ ਤੇਰੀ ਗੱਲ ਕੀਤੀ ਹੈ, ਸੁਣੀ ਸੀ ਆਪਣੇ ਘਰ ਤੇਰੀ ਸ਼ਾਨ ਤੇ ਕਿਉਂ ਨਹੀਂ ਬੋਲੇ। ਕੀ ਲਿਖਦਾ ਮੌਲਵੀ, ਜਾਨਵਰ ਤੇਜ਼ ਹੋ ਗਿਆ, ਤੰਦਰੁਸਤ ਹੋ ਗਿਆ, ਉੱਤੇ ਫਿਰ ਨਬੀ ਪਾਕ ਸਨ। ਮੁੱਲਾ ਪੁੱਛੇ ਤੇਰੇ ਕੋਲ ਖੁਦਾ, ਸ਼ਾਲਾ ਮਰੇ ਤੂੰ ਜਲਦੀ, ਨਬੀ ਦੀ ਉਮਤ ਨੂੰ ਗੁਮਰਾਹ ਕਰਨ ਵਾਲਿਆ। ਜਾਨਵਰ ਨੂੰ ਪਤਾ ਲੱਗ ਗਿਆ ਮੇਰੇ ਤੇ ਨਬੀ ਹੈ, ਨਬੀ ਨੂੰ 40 ਸਾਲਾਂ ਚ ਨਹੀਂ ਪਤਾ ਲੱਗਾ ਮੈਂ ਕੌਣ ਆ ਮੇਰੇ ਨਾਲ। ਜਾਨਵਰ ਨੂੰ ਪਤਾ ਹੈ ਮੇਰੇ ਤੇ ਨਬੀ। ਯਾਨੀ ਜਾਨਵਰ ਸਮਝ ਗਿਆ ਮੇਰੇ ਤੇ ਨਬੀ ਆ ਗਿਆ, ਤੇ ਜਿਹੜਾ ਖੁਦ ਨਬੀ ਹੈ 40 ਸਾਲਾਂ ਚ ਕੋਈ ਪਤਾ। ਆਪਰੇਸ਼ਨ ਹੋ ਰਿਹਾ ਹੈ, ਸ਼ਿਵਰਿੰਗ ਹੋ ਰਹੀ ਹੈ ਨਬੀ ਦੇ ਜਿਸਮ ਨੂੰ, ਜਿਵੇਂ ਸਰਦੀ ਦਾ ਬੁਖਾਰ ਹੁੰਦਾ ਹੈ। ਘਰ ਆਏ ਨੇ, ਜ਼ੰਮੇ ਲੋਨੀ ਖਦੀਜਾ ਮੇਰੇ ਤੇ ਕੱਪੜਾ ਪਾਓ, ਉਹਨਾਂ ਚਾਦਰ ਪਾ ਦਿੱਤੀ। ਲੇਟ ਗਏ ਨੇ, ਸਰਕਾਰ ਕੀ ਹੋਇਆ ਕੀ ਹੋਇਆ? ਫਰਮਾ ਕੋਈ ਪਤਾ ਨਹੀਂ, ਮੇਰੇ ਨਾਲ ਕੁਝ ਹੋ ਗਿਆ। ਸਿਆਣੇ ਅਕਲਮੰਦ ਦੇ ਵਰਕਾ ਬਿਨ ਨੁਫਲੀ ਦਾ ਨਾਂ ਹੈ, ਕਜ਼ਨ ਬੀਬੀ ਪਾਕ ਦਾ। ਉਹ ਵਰਕਾ ਜੀ ਜਲਦੀ ਆ ਮੇਰੇ ਸਰਕਾਰ ਨੂੰ ਵੇਖ। ਉਸ ਨਬਸਿਆ ਕਰ ਰਿਹਾ, ਪੋਲਾ ਪੋਲਾ ਮੁਸਕਰਾ ਰਿਹਾ। ਫਰਮਾ ਸ਼ੌਰਮ ਕਰ, ਮੇਰੇ ਉਸ ਸਰਤਾਜ ਨੂੰ ਕੁਝ ਬਣੇ ਆ ਤੇ ਤੂੰ ਹੱਸ। ਉਸ ਕਿਹਾ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ, ਤੁਸੀਂ ਵੀ ਹੱਸੋ, ਬਿਮਾਰ ਸ਼ਮਾਰ ਨਹੀਂ। ਇਹ ਨਬੀ ਪਿਆ ਬਣਦਾ ਹੈ, ਅਜੇ ਅੰਡਰ ਪ੍ਰੋਸੈਸ ਹੈ, ਅਜੇ ਪੂਰਾ ਬਣਿਆ ਨਬੀ ਪਿਆ ਹੈ। ਖਤੀਬ ਆਲੇ ਮੁਹੰਮਦ ਕਿਬਲਾ ਅਜ਼ਹਰ ਸਜ਼ੈਦੀ ਸਾਹਿਬ, ਦਰਜਾਤ ਦੀ ਬੁਲੰਦੀ ਹੋਵੇ ਨੇ, ਠੰਡੀਆਂ ਛਾਵਾਂ ਟਰੈਲ ਗਾਡ ਗਿਫਟਰ ਲੋਕ, ਉਹਨਾਂ ਦਾ ਇੱਥੇ ਕੀ ਜੁਮਲਾ ਹੈ? ਜ਼ੂ ਮਾਨੇ ਧੀਮੇ ਲਹਿਜੇ ਨਾਲ ਬੜੀ ਬਾਤ ਕਰਨ ਵਾਲੀਆਂ ਜ਼ਾਕਰੀ ਚਲੇ ਗਏ। ਵਰਕਾ ਨਬਸ ਤੇ ਹੱਥ ਰੱਖ ਕੇ ਪਹਿਲੇ ਨਬੀ ਪਿਆ ਬਣਦਾ ਹੈ। ਫਰਮਾ ਰਹੇ ਵਰਕੇ ਕੋ ਪਤਾ ਥਾ, ਕਿਤਾਬ ਕੋ ਪਤਾ ਨਹੀਂ ਥਾ। ਵਰਕੇ ਕੋ ਪਤਾ ਥਾ, ਕਿਤਾਬ ਨਹੀਂ। ਮੇਰੇ ਪੈਗੰਬਰ ਦੀ ਇਨਸਲਟ ਨਾ ਕੀਤੀ ਜਾਏ, ਸ਼ਾਨ ਬਿਆਨ ਕੀ ਕਰਨੀ, ਫਿਰ ਵੀ ਅਸੀਂ ਉਤਨੀ ਹੈ ਜਿਤਨੇ ਸਾਡੀ ਅਕਲ ਨੇ। ਸਾਡੀਆਂ ਅਕਲ ਦੀਆਂ ਪਰਵਾਜ਼ਾਂ ਤੋਂ ਬਹੁਤ ਬੁਲੰਦ ਨੇ, ਲੇਕਿਨ ਕਮ ਅਜ਼ ਕਮ ਉਤਨਾ ਪੜਿਆ ਜਾਏ ਜਿਤਨਾ ਤੇਰੇ ਅਕਲ ਦੇ ਮੁਤਾਬਕ ਤੇ ਤੋਹੀਨ ਨਾ ਹੋਵੇ। ਜਾਨਵਰ ਨੂੰ ਪਤਾ ਹੈ, ਵਰਕੇ ਨੂੰ ਪਤਾ ਹੈ, ਨਵੀਂ ਨੂੰ ਨਹੀਂ ਪਤਾ ਮੈਂ ਕੌਣ। ਮਹੱਲੇ ਦੀ ਮਸੀਤੀ ਜੁੱਤੀਆਂ ਨਾ ਪਾ ਕੇ ਜਾਣ ਵਾਲਿਆ, ਤੂੰ ਆਖਿਆ ਮੁਹੰਮਦ ਸਾਡੇ ਜਿਹਾ ਬਸ਼ਰ ਹੈ, ਉਹ ਤੇ ਜੁੱਤੀਆਂ ਸਮੇਤ ਅਰਸ਼ਾਂ ਤੇ ਜਾ ਰਿਹਾ। ਤੁਹਾਨੂੰ ਪਤਾ ਹੈ ਸ਼ਰਤ ਏ ਸ਼ਬੇ ਮਹਿਰਾਜ, ਕੰਡੀਸ਼ਨ ਏ ਤੋਹੀਦ ਦੀ ਤਰਫੋਂ, ਅੱਜ ਹੀ ਆਉਣਾ ਹੀ ਤੇ ਜੁੱਤੀਆਂ ਪਾ ਕੇ ਆਉਣਾ ਹੀ। ਮਾਫ਼ ਕਰਨਾ ਮੇਰਾ ਕਾਇਮ, ਮੈਂ ਬੱਚਿਆਂ 'ਚ ਖਿਤਾਬ ਕਰ ਰਿਹਾ, ਮੇਰਾ ਮੁਆਸ਼ਰਾ ਐਸਾ, ਮਾਸੂਮ ਵਾਸਤੇ ਨਾ ਲੈਣ, ਲੇਕਿਨ ਬੱਚੇ ਸਮਝ ਉੱਠਣਗੇ, ਸਮੇਤ ਨਾ ਲੈਣ, ਸਮੇਤ ਜੁੱਤੀਆਂ ਦੇ ਆਵਣੇ। ਇਸਤਿਫਸਾਰ ਕੀਤੇ ਆਮੇ ਨੰਦ ਲਾਲ ਮਾਲਿਕ, ਅਰਸ਼ੇ ਅਜ਼ੀਮ ਏ। ਅਗਲੇ ਦਿਨ ਦੀ ਗੱਲ ਏ, ਤੁਸੀਂ ਮੂਸਾ ਨੂੰ ਝਿੜਕਿਆ ਨਹੀਂ, ਫਖਲਾ ਨਾ ਲੈ ਕਿੰਨਾ ਕਬਿਲ ਵਾਦਲ ਮੁਕੱਦਸ ਤੋਆ, ਇੱਥੇ ਆਵਿਆ ਕਰ ਤੇ ਜੁੱਤੀਆਂ ਜੁੱਤੀਆਂ ਲਾ ਕੇ ਆਵਿਆ ਕਰ। ਮਾਲਿਕ ਆ ਮੁਕੱਦਸ ਵਾਦੀ ਵਿੱਚ ਤੇ ਮੈਂ ਤੇ ਅਰਸ਼ੇ ਅਜ਼ੀਮ ਤੇ, ਫਰਮਾਇਆ ਕਿੱਥੇ ਮੂਸਾ ਕਿੱਥੇ ਤੂੰ, ਆ ਜੁੱਤੀਆਂ ਪਾ ਕੇ। ਮਾਲਕ ਫਿਰ ਅਰਸ਼ੇ ਅਜ਼ੀਮ ਏ, ਫਰਮਾਇਆ ਅੱਗੇ ਅਰਸ਼ੇ ਅਜ਼ੀਮ ਆਈ, ਤੇਰੀ ਜੁੱਤੀ ਟੱਚ ਕਰੇਗੀ ਮੇਰਾ ਅਰਸ਼ ਮੁਅੱਲਾ ਹੋ ਜਾਏਗਾ। ਮੈਂ ਮੁਕਾ ਲਿਆ, ਮੈਂ ਮੁਕਾ ਲਿਆ ਇਸ ਹਾਸੇ, ਮੈਨੂੰ ਲੰਬਾ ਨਹੀਂ ਪੜਾਂਗਾ, ਮੈਂ ਬਹੁਤ ਥੋੜ੍ਹਾ ਹੀ ਜੁਮਲਾ ਮੁਸਾਇਦਾ। ਕਿਉਂ ਮੇਰੇ ਜ਼ਿਹਨ ਕੀ ਆਖਿਆ ਸੀ, ਛੋਟੇ ਛੋਟੇ ਜ਼ਾਕਿਰਾਂ ਮਜ਼ਲੂਮ ਦੇ, ਸਾਡਾ ਇਤਨਾ ਸ਼ੌਰ ਨਹੀਂ, ਸਾਡੀ ਇਤਨੀ ਪਰਵਾਜ਼ ਨਹੀਂ ਹੁੰਦੀ। ਮੈਂ ਸੋਚ 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 ਕੇ ਕੀ ਸੋਚਿਆ ਕਿ ਕਿਉਂ ਆਖਿਆ ਅੱਲਾ ਨੇ ਜੁੱਤੀਆਂ ਪਾ ਗਿਆ। ਮੇਰੇ ਜ਼ਿਹਨ ਦੇ ਮੁਤਾਬਕ ਕੀ ਉਹ ਮੈਂ ਦੱਸ ਦਿੰਦਾ, ਉਹਦੇ ਰਾਜ਼ ਤੇ ਆਪਣੇ ਹੋਣਗੇ ਜਿੱਥੋਂ ਤੱਕ ਮੇਰੀ ਪਰਵਾਜ਼ ਗਈ ਹੈ। ਆਵਾਜ਼ ਕੁਦਰਤ ਹੈ, ਮੇਰਾ ਮਹਿਬੂਬ ਜੁੱਤੀਆਂ ਪਾ ਕੇ ਆਵਣੀ, ਨਬੀ ਤੋਂ ਆਖਰੀ ਹੈ, ਤੇਰੇ ਬਾਅਦ ਨਬੀ ਕੋਈ ਨਹੀਂ, ਤੇਰੇ ਤੋਂ ਵੱਡਾ ਮੈਂ ਕਾਇਨਾਤ ਹੀ ਬਣਾਇਆ ਵੀ ਕੋਈ ਨਹੀਂ। ਉਮਤ ਤੇਰੀ ਐ ਨਹੀਂ, ਉਮਤ ਤੇਰੀ ਕਿਆਮਤ ਤੱਕ, ਨਸਲ ਆਦਮ ਚ ਬੜੇ ਬੜੇ ਖੜਪੈਂ ਚ ਆਵਣੇ ਨੇ ਤੇਰੀ ਉਮਤ ਚ,
ਬੜੇ ਬੜੇ ਰਾਣੀ ਖਾਂ ਨੱਕ ਤੇ ਮੱਖੀ ਨਹੀਂ ਉਹਨਾਂ ਬਹਿਣ ਦੇਣੀ, ਸਿਰ ਨੀਵਾਂ ਨਹੀਂ ਕਰਨਾ ਉਹਨਾਂ, ਫਿਰ ਬਹਿ ਕੇ ਆਉਣਾ ਨੰਬੀ, ਫਿਰ ਸਾਡੇ ਜੇ ਹੀ ਸਾੜਨਾ। ਮੈਂ ਇਸ ਵਾਸਤੇ ਪਿਆ ਨੂੰ ਜੁੱਤੀਆਂ ਪਾ ਕੇ ਆਵਾਂ। ਕਾਇਨਾਤ ਵਿੱਚ ਕਿਆਮਤ ਤੱਕ ਕੋਈ ਵੱਡੇ ਤੋਂ ਵੱਡਾ ਰਾਣੀ ਖਾਂ ਮੂੰਹ ਉਤਾਂ ਕਰੇ, ਜੁੱਤੀ ਤੇਰੀ ਉੱਤੇ ਹੀ ਹੋਵੇ। ਇਹਦਾ ਨਾਂ ਨਾ ਅਰਸ਼ਾਂ ਦੇ ਜੁੱਤੀਆਂ ਪਾ ਕੇ ਗਈ, ਉਹਦੀਆਂ ਧੀਆਂ ਨੰਗੇ ਸਰ ਬਾਜ਼ਾਰਾਂ ਚ ਮਾਰ ਦਿੱਤਾ ਮੁਸਲਮਾਨਾਂ ਨਬੀ ਦੀਆਂ ਧੀਆਂ, ਯਹੂਦੀਆਂ ਨਹੀਂ ਮਾਰਿਆ, ਕਾਫਰਾਂ ਨਹੀਂ ਮਾਰਿਆ, ਮੁਸ਼ਰਕਾਂ ਨਹੀਂ ਮਾਰਿਆ, ਸ਼ਰਾਬੀਆਂ ਨੂੰ ਨਿਮਾਜ਼ੀ ਬਣਾ ਦਿੱਤਾ ਮੇਰੇ ਨਬੀ, ਡਾਕੂਆਂ ਨੂੰ ਜ਼ਕਾਤ ਦੇਣ ਵਾਲਾ ਬਣਾ ਦਿੱਤਾ ਮੁਸਤਫਾ, ਜਹਨਮੀਆਂ ਨੂੰ ਜੰਤੀ ਬਣਾ ਦਿੱਤਾ, ਸ਼ਰਾਬ ਪੀਣ ਵਾਲਿਆਂ ਨੂੰ ਮੁਤਕੀ ਕਰ ਦਿੱਤਾ, ਜ਼ਿੰਦਾ ਧੀਆਂ ਦਰ ਗੌਰ ਕਰਨ ਵਾਲੀਆਂ ਧੀਆਂ ਦੀ ਇੱਜ਼ਤ ਦਿਖਾ ਦਿੱਤੀ, ਘੁੱਟਦੇ ਹਨ ਵੀ ਪਾ ਜਿਸ ਵੇਲੇ ਬੇਟੀਆਂ ਦਫਨਾਉਂਦੇ ਹਨ, ਫਿਰ ਮੈਂ ਨਾ ਕੀਤਾ ਕਰੋ, ਅੱਲਾ ਬੋਝ ਬਣਾ ਕੇ ਨਹੀਂ ਤੋਰੀ, ਆਪਣਾ ਨਸੀਬ ਲੈ ਕੇ ਆਈਆਂ ਨੇ, ਇਹਨਾਂ ਨਾਲ ਪਿਆਰ ਕਰੋ, ਬੱਚੇ ਨੂੰ ਖਿਡਾਉਣ ਦੇ ਬਹਾਨੇ ਬੱਦੂ ਹਰਾਮ ਜ਼ਾਦੇ ਲੈ ਜਾ ਰਹੇ ਨੇ, ਕਈ ਵੇਲ ਚਾ ਹਾਥੀ ਚ, ਬਾਬਾ ਕਿੱਥੇ ਖੇਡਣ ਵਾਸਤੇ, ਅੱਛਾ ਗੜਾ ਖੋਦ ਰਿਹਾ ਪਿਓ, ਬੇਟੀ ਬਾਪ ਤੇ ਇਤਮਾਦ ਕਰਕੇ ਬੈਠੀ, ਬਾਬਾ ਹੁਣ ਕੀ ਕਰਨਾ, ਤੂੰ ਵਿੱਚ ਬੈਠਣਾ ਖੇਡਣਾ, ਬੇਟੀ ਵਿੱਚ ਬੈਠ ਕੇ ਅੱਖਾਂ ਬੰਦ ਕਰ, ਬੱਚੀ ਅੱਖਾਂ ਬੰਦ ਕਰ, ਸਿਰ ਨੀਵਾਂ ਕਰ ਲੈ, ਲੋ ਅੱਬਾ ਜੀ ਮੈਂ ਸਿਰ ਨੀਵਾਂ ਕਰ ਲਿਆ, ਕਸਮ ਖੁਦਾ ਪਾਕ ਦੀ, ਆਪਣੇ ਹੱਥਾਂ ਨਾਲ ਮਣਾ ਮਿੱਟੀ ਉਸ ਬੱਚੀ ਤੇ ਪਾ ਦੇ, ਐਸੇ ਗੰਦੇ ਮੁਆਸ਼ਰੇ ਚ ਮੇਰੇ ਪੈਗੰਬਰ ਆ ਕੇ ਧੀ ਦੀ ਇੱਜ਼ਤ ਦੱਸੀ, ਉਹਨਾਂ ਹੀ ਮੁਸਲਮਾਨਾਂ ਫਿਰ ਉੱਠ ਕੇ ਨਬੀ ਦੀਆਂ ਧੀਆਂ ਨੂੰ ਮਾਰ ਦਿੱਤਾ, ਵਾਹ ਬਦਬਖਤ ਮੁਸਲਮਾਨਾਂ ਕਿਆ ਐ ਹੀ ਅਜਰ ਬਣਦਾ, ਐਸੀ ਬਣਦਾ ਨਬੀ ਦੀਆਂ ਧੀਆਂ ਨੂੰ ਮਾਰ ਦਿੱਤਾ। ਲਮਹਾਤ ਆਖਰੀਆਂ ਤੇ ਪਹੁੰਚ ਕੇ ਮਜਲਿਸ ਇਖਤਤਾਮ ਹੋਏਗਾ, ਮੇਰਾ ਆਪਣਾ ਸੁ ਆ ਚੁੱਕਿਆ, ਮੇਰੀ ਹੋ ਚੁੱਕੀ ਮਜਲਿਸ, ਬਾ ਖੁਦਾ ਮੈਂ ਮੁਤਮਿਨ, ਇੱਕ ਵਹਿਣ ਕਰਨਾ, ਜ਼ਿਆਦਾ ਨਹੀਂ ਪੜ੍ਹਨਾ, ਫਿਰ ਆਖਰੀ ਡਿਊਟੀ ਉਹ ਕਰਨਗੇ ਸਾਰੇ, ਜ਼ਰੂਰ ਆਖਰ ਤੇ ਵਿਦਾ ਕਰਕੇ ਜਾਣਾ, ਸ਼ਾਮ ਦੇ ਇੰਤਜ਼ਾਰ ਵਿੱਚ ਬਹਿ ਲਈਏ, ਮਜਲਿਸ ਮੁੱਕਦੀ ਹੈ ਤੇ ਫਿਰ ਉੱਠਦੀ ਹੈ, ਮੈਨੂੰ ਪਤਾ ਹੈ ਸ਼ਾਮ ਆਉਣ ਵਾਲੀ ਹੈ, ਪਰਦੇਦਾਰ ਨੇ ਤੁਹਾਡੇ ਨਾਲ ਕਿਸੇ ਨਾਲ ਮਾਂ ਹੈ, ਕਿਸੇ ਨਾਲ ਭੈਣ ਹੈ, ਕਿਸੇ ਨਾਲ, ਮੈਂ ਬਹੁਤ ਥੋੜ੍ਹਾ ਪੜ੍ਹਨ ਲੱਗਾ, ਜ਼ਿਆਦਾ ਫਿਰ ਉਹਨੂੰ ਸਾਹਿਬ ਪੜ੍ਹਨ ਲੱਗੇ, ਆਖਰ ਤੇ ਬੀਬੀ ਪਾਕ ਦੀ ਸ਼ਹਾਦਤ ਪੜ੍ਹੀ ਗਈ, ਜ਼ਰੂਰ ਮਕਾਨ ਦੇ ਕੇ ਉੱਠਣਾ, ਕਿਤਨਾ ਮਾਰਿਆ ਨੇ 53 ਮਾਮਲਾਂ ਚ ਉਤਰਿਆ ਰਹਿ ਗਿਆ, 120 ਮਜ਼ਦੂਰਾਂ ਚ 12 ਰਹਿ ਗਏ, 84 ਬੱਚਿਆਂ ਚ 9 ਯਤੀਮ ਰਹਿ ਗਏ, ਇਹੀ ਟਾਈਮ ਹੈ ਜਿਹੜਾ ਹੁਣ ਮਦੀਨੇ ਦੇ ਬਾਹਰ ਪਹੁੰਚਿਆ, ਪੁੱਛਦੀ ਵੀ ਸਜਾਦ ਇਹ ਕਿਹੜਾ ਸ਼ਹਿਰ ਆ, ਫਰਮਾ ਨਾਨੇ ਦਾ ਮਦੀਨਾ ਆ ਗਿਆ, ਏਡਾ ਡਾਂਡਾ ਰੁਲੀ ਸਰ ਤੇ ਬਾਂਹ ਰੱਖ ਕੇ ਮਦੀਨੇ ਅਲ ਮੂਹ ਕਰ ਕੇ ਦੀ, ਉਹ ਸ਼ਹਿਰ ਨਾਨੇ ਦਾ ਕਬੂਲ ਨਾ ਕਰੀ, ਮੈਂ ਉੱਜੜ ਕੇ ਆ ਗਿਆ, ਮੈਂ ਤੇਰੇ ਚ ਵਸਣ ਦੇ ਕਾਬਲ ਨਹੀਂ, ਸਜਾਦ ਕਿਸੇ ਮੁਨਾਦੀ ਨੂੰ ਭੇਜੋ ਮੇਰੀ ਅਮਨ ਦੀ ਤਲਾਕ ਕਰੇ, ਜੇ ਜ਼ੁਲਮ ਦਾ ਪੁੱਤ ਰਹੇ ਨਾਮ ਬਸ਼ੀਰ, ਮਦੀਨੇ ਦੀਆਂ ਗਲੀਆਂ ਚ ਲਾ ਨੋ ਰਹੇ ਨੇ, ਮਦੀਨੇ ਆ ਲਿਆ ਘਰਾਂ ਚ ਟੁਰ ਜਾਓ, ਉਹ ਮੈਂ ਸਦਕੇ ਹੋ ਪਾਵਾਂ, ਸ਼ੀਆਂ ਸੁਣੀਆਂ ਅੱਠ ਰਬੀ ਉੱਲ ਤਰੇ ਮਾਮਲ ਨੇ, ਮਦੀਨੇ ਦੀਆਂ ਗਲੀਆਂ ਚਲੀ ਦੀਆਂ ਧੀਆਂ ਦੇ ਮਾਮਲ ਪੇ ਟੁਰਦੇ ਨੇ, ਐਲਾਨ ਪਿਆ ਹੁੰਦਾ ਹੈ ਘਰਾਂ ਹੀ ਟੁਰ ਜਾਓ, ਦਰਵਾਜ਼ੇ ਬੰਦ ਕਰ ਲਓ, ਜ਼ੈਨਬ ਉੱਜੜ ਕੇ ਆ ਗਈ ਹੈ, ਮੈਂ ਸਦਕੇ ਆਵਾਂ ਬਾਜ਼ਾਰ, ਸੁਨਸਾਨ ਹੋ ਗਏ ਜੰਮੇ ਗਫੀਰ ਮਜਮਾ, ਵਾਹ ਹੁਸੈਨਾ ਦੀਆਂ ਸਦਾਵਾਂ, ਤੁਰਦੇ ਤੁਰਦੇ ਮਹਮਲ ਨਬੀ ਦੀ ਕਬਰ ਤੇ ਆਏ ਨੇ, ਜਿਹਨੂੰ ਚੜਾਉਣ ਵਾਲੇ ਕਤਾਰ ਫਿਰਾਵਾਂ ਦੀ ਆਈ, ਅੱਜ ਲਹਾਣ ਵਾਲਾ ਕੋਈ ਨਾ ਆਈ, ਬੈਠੇ ਮਹਮਲ ਲੱਥੀਆਂ ਲੀ ਦੀਆਂ ਧੀਆਂ ਲੀ ਦੀ ਵਲੀਆ ਦੀ ਅੱਗੇ ਗੇ ਨਾਨਾ ਦੱਸਣ ਆਈਆਂ ਦੀਨ ਬਚ ਗਏ।
नाना पुत्र तेरे करबला रे शाम कली गई नाना दावत जो लशीराई शहर मकाई तुसी खलो के आखे आई कौन है मेरी मदद करे मेरे बाबे आखे या नाना सिरों का या रसूल अल्लाह मेरे पियो आमी भरी आई साढ़े त्रई साल दावत जो लशीरा तू फतह मक्का तक बन देने साढ़े त्रई साल दीन तेरा बचिया तो ही उदी बची है नाना साढ़े त्रई साल मेरे प्यो जमा कीतियां बदर च मेरा बाबा लड़िया ओहद च मेरा बाबा लड़िया खंदक च मेरा प्यो लड़िया यहूद अनूद नाल मेरे बाबे जंग कीती है हर कबीले दा बंदा मेरे प्यो मारे आई तेरी कसम है नाना वैर मेरे प्यो दा वधदा रहा दीन तेरा बचदा रहा उठ नाना मैं दसण आईया साढ़े त्रई साल दे बदले जैनब छतियां शहर च दे नाना मिन तेरी कसम है तेरे उम्मतियां इतना तेरे पुत्रां नू नहीं मारिया जितना तेरियां धीआं नू मारिया नाना मैं दसण आईया मैन काबे दिया हाजियां मारे नाना मिन नरमाने मैन जुमे दिया नमाजियां मारे नाना मिन दुखे मिन कुरान दिया कारियां मारे कोई सुन्नी भाई बैठे ते मेरी ताईद करे कुरान मेरे साथ रख ले तेरे नबी दे पुत्र हुसैन दा कातल शिमर 16 दफा दा हाजी इयो गल पे कर दिए नाना मिन काबे दिया हाजियां मारे नाना मिन जुमे दिया नमाजियां मारे नाना मिन गैरा नहीं मारिया मिन तेरे ते वड्डे माणा नाना जिथे मैं तेरे उम्मती ज्यादा वेखने खान नहीं मंगया पी नहीं मंगया नाना मैं तेरे नाम दे वास्ते दे के कुछ चादर मंगी है तेरी कसम है जिथे मंगदी आई ईसाई देने आ तेरे उम्मती लुट ले आ फैसलाबाद दी वीडियो है मजलस दी जेड़ी मैं वेखी है 4-5 साल दी पुरानी है रोजे आशूर दी मजलस है चौक दी मजलस है जाकिर खतीब दा मुहर्रम दी मजलस पे पढ़दा है इस पासों 7-8 बंदे आउंदे खतीब रुकदा कौन हो आदेन मसला पुछना है पुछवा दें तुसी मुसलमान हो शिया हो तुहाडी इबादत दा दिन है पुछने आया अज दा मुहर्रम है कोई गैर मुस्लिम नियाज देवे लेंदे हो खतीब पुछया कौन हो ते के नियाज दे दिया दिन मैं पादरियां सारे ईसाई ने असी चादरां दियां नियाजां बनवाईयां जे कबूल करो ते असी देण आया क्यों दे दिया दिन गवाही देवे या रसूल अल्लाह असी लुटण वाले आफरीन भाई आफरीन भाई आफरीन कल साडी गवाही दे असी लुटण वालिया चुनाई असी देण वालिया चुआए नाना मिन ईसाईयां बुरके दिते तेरे उम्मतियां लुटे नाना मैं तेरे पुत्र दी निशानी ले आई हां सर्दियां तकरीबन आ गईयां गर्मियां मुकण वालियां ए पर्देदार साडियां मावां बहणां दियां गर्मियां ले लिबास राख्यों सर्दियां ले कढ़न गईयां पुत्रां बेरावां दे मामियां चाचियां दे अल्लाह ना करे लिबास कढ़दे बहण दे सामने मोए भरा दा लिबास के हालत होंदी उस बहण दी लुट करबला दी चो शबीर दी कमी शाम विच वालिया नु मिल गई निशानी बना के नाने दी कबर ते रख्या दी ऐ ले नाना पुत्र दी निशानी आई पता नहीं केड़ी हालत है यसरब हलन लग पिया कबर ते हाथ रख के पिया दी ऐ चोला वेख के बचड़े दा ते तेरी कबर हलावे खा गई ई चोले पा कदी सुरखी नाना तेरे जिगर ते खंजार जेड़ा शिया मां दी झोली जमात नहीं बने तेरा हाथ सीने त्यों में सुनी हाय करे कबर तू कमी चा क्या दीना ना हौसला कर तू पियूए मैं बहना ते कमी दिखी है तेरी कसम है कुल 70 कदम दी आयो बिथे आई हर जरब मैं तो तड़पा गई मेरा हौसला वे मेहरबानी मेहरबानी भाई आखरी बैंड मुक गई मेरी मजलस ना ना कोई होर शाम होवी मैं हाजिर हां ना ना मैं जिंदा करबला चुना हुंदी मैं तेरे पुत्रां दी नस्ल बचाई ना ना मैं सजाद पहुंचाण आई वरना मैं किसे शाम दी गली च मर वें दीन भी बच गया ये हुसैन दी नस्ल भी बच गई है उजड़ मैं गईयां मैं 11 मुहर्रम दे बाद मां के नाल मुक लो नाना कोई होर शाम होवे ते मैं हाजिर हां दीन संभाल पुत्रां दी नस्ल संभाल तुर जाना मैं शाम कोई नहीं मैं तुहाडे शहर रहणा
क्यों मेरा पुत्र फरमाया मैं निकी जी दी कली समाया मैं वादा कर रही मासूमा कोई वली ना वली मैं मदीने वाला एक आखिरी सलाम करण मैं माँ कोल चली हूं जाफरू जमान सरकार जुमला लिखे छतियां शहरां च ना घबराण वाली पांच लख बदमाशां च हौसले नाल बोलण वाली पीउ दे लहजे शराबी नाल गुफ्तगू करण वाली तरवंजा मामला चुतरे बचे जिंदा वापस थजाद नू दलासे दे के टुरण वाली कोई बड़ा वड्डा हौसला ही अली दी दी दा मेरे कुरान दी कसम है बैठियां ने मेरी गवाही देंगियां अल्लाह ना करे किसे दी दी ओखी ना होवे ओखियां धियां पे के घर आवण पियो पुछण शरीफ जादियां दुख नहीं दसदियां बिरा पुछण दियां नहीं वीर मैं ठीक हां मेरी वजह तो बिरा परेशान ना होवे ते जदन तन्हाई च मावां नूं मिलदियां ने मावां दियां सहेलियां आउंदियां ने वखरियां गल्लां के दसदियां ने अम्मा मैं औखियां अम्मा मेरा गुजारा कोई नहीं अम्मा कोई वसला लै मैनूं बचा लै अम्मा मैनूं मार दे सारियां गल्लां मावां दियां करदियां ने मेरे कुरान दी कसम है त्रै लै के मदीने आईए हौसला रहे हनफिया पुछदा रहे आदि मैं ठीक हां नाने दी कबर ते आई आदि ना ना कोई होर शाम होवे मैं हाजिर हां मैनूं मिंबर दी समय जाफर जमान लिख दे ने जदन नाने की कबर तो आलिया मां की कबर अल गई है जड़ी छतियां शहर चलाई घबराई खलोती जान पई है कबर मोहा नाला क्या दिए अम्मा बहरा ज़ैनब उजड़ के आ गई है अम्मा मैं दुख नाने नु नहीं दसे मैं हनफिया नु नहीं दसे मैं सारे दुख तेन दसन आईया कबर च आवाज आईया बिस्मिल्ला मेरे गलक झुकदी झुकदी आलिया मां दी कबर ते झुकी है आलिया दे सर चो सुरख पसीने दे कतरे जन्नतुल बकी डटे ने नबी दी नगरी हल लग पई है कबर बतूल नी चला गया ओ मां मर गई सर क्यों जख्मी है कबर ते हथ रख के दी ओ दसणाया मेरे सर ते लानतुल्लाह अलैह।